ਫਗਵਾੜਾ ਦੇ ਇੱਕ ਨਿੱਜੀ ਸਕੂਲ ਦੇ ਅਧਿਆਪਕ ਦੇ ਛੁੱਟੀ ਟਾਈਮ ਤੋਂ ਵਾਪਸੀ ਘਰ ਜਾਂਦਿਆਂ ਦੇ ਐਕਟਿਵਾ ਤੋਂ ਡਿੱਗਣ ਕਾਰਨ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ। ਜ਼ਖਮੀ ਹਾਲਤ ਵਿੱਚ ਸਕੂਲ ਟੀਚਰ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਦੇਖੋ ਤੁਸੀਂ ਵੀ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ। ਬਤਨਕੀ ਰਾਹੇ ਤੋਂ ਧਰੁਵ ਕਲੂਚਾ ਦੀ ਰਿਪੋਰਟ। ਮੇਰਾ ਉਦੇ ਖੁੱਲ੍ਹਾ ਜੀ। ਹਾਂਜੀ ਸਰ, ਕੀ ਮਾਮਲਾ? ਕੀ ਜਿਹੜਾ ਸਿਵਲ ਹੋਸਪਿਟਲ 'ਚ ਆ ਜਾਏ ਸਰ? ਇਹ ਪੂਨਮ ਮੈਮ ਸੀਗੇ, ਕੋਨਵੈਂਟ ਸਕੂਲ ਪੜ੍ਹਾਉਂਦੇ ਨੇ, ਅਤੇ ਸਕੂਲ ਦੀ ਛੁੱਟੀ ਹੋਈ ਅਤੇ ਵਾਪਸ ਆਉਂਦੇ ਪਏ ਸੀਗੇ, ਆਪਣੇ ਘਰ ਜਾਂਦੇ ਸੀ। ਮੂਹਰੇ ਹੋਰ ਮੈਡਮ ਡਰਾਈਵ ਕਰਦੇ ਸੀ, ਐਕਟਿਵਾ ਪਿੱਛੇ ਬੈਠੇ ਸੀ। ਇਹ ਜਿੱਦਾਂ ਹੁਣ ਪਤਾ ਲੱਗਾ ਬਾਕੀਆਂ ਤੋਂ, ਆਪਾਂ ਮੌਕੇ 'ਤੇ ਮੈਂ ਘਰ 'ਚ ਆਉਂਦਾ ਪਿਆ ਸੀ ਆਪਣੇ ਮੈਡਮ ਨਾਲ, ਸਕੂਲ ਤੋਂ ਲੈ ਕੇ ਮੈਡਮ ਨੂੰ, ਹੋਰ ਮੈਡਮ ਨੂੰ, ਅਤੇ ਉਹਨਾਂ ਦੇ ਪਿੱਛੋਂ ਚੱਕਰ ਆਏ, ਐਕਟਿਵਾ ਤੋਂ ਪਿੱਛੋਂ ਡਿੱਗ ਗਏ ਥੱਲੇ। ਅਤੇ ਜਿਹੜੀ ਥੜੀ ਹੁੰਦੀ ਆ ਨਾ, ਥਰਡ ਲੇਨ ਦੀ ਸਰਵਿਸ ਲੇਨ ਦੀ, ਉਹ ਥੜੀ ਡਿਵਾਈਡਰ ਸਿਰ 'ਚ ਸੱਟ ਲੱਗ ਗਈ ਉਹਨਾਂ ਦੇ ਬਿਲਡਿੰਗ ਮੌਕੇ 'ਤੇ। ਸੱਟ ਕਿੰਨੀ ਕੁ ਲੱਗੀ ਉਹਨਾਂ ਦੀ? ਸੱਟ ਜਿੱਦਾਂ ਹੁਣ ਦੱਸਦੇ ਪਏ ਆ, ਇੱਥੇ ਫਸਟ ਏਡ ਤਾਂ ਦੇ ਦਿੱਤਾ ਆ ਉਹਨਾਂ ਨੂੰ, ਸਟਿਚਿਸ ਹੋ ਗਏ, ਇੰਜੈਕਸ਼ਨ ਲੱਗ ਗਏ ਆ, ਪਰ ਉਹਨਾਂ ਨੇ ਰੈਫਰ ਕੀਤਾ ਕਿਸੇ ਹੋਰ ਹੋਸਪਿਟਲ ਨੀਰੋ ਨੂੰ ਦਿਖਾ ਲਓ। ਸਰ ਇਹ ਕਿੱਥੇ ਦੇ ਰਹਿਣ ਵਾਲੇ ਆ? ਸਰ ਬੰਗਾ ਰੋਡ 'ਤੇ ਰਹਿੰਦੇ ਆ ਜੀ। ਕੀ ਮਾਮਲਾ ਕੀ ਹੈ? ਜਿਹੜਾ ਇੱਕ ਪੇਸ਼ੈਂਟ ਆਇਆ ਸਾਡੇ ਕੋਲ, ਇੱਕ ਸਕੂਲ ਟੀਚਰ ਆਏ ਹੈਗੇ ਆ, ਕਹਿ ਰਹੇ ਨੇ ਕਿ ਉਹ ਜਿਹੜਾ ਹੈਗਾ ਵਹੀਕਲ ਦੇ ਉੱਤੋਂ ਡਿੱਗ ਗਏ ਹੈਗੇ, ਅਤੇ ਇਹ ਫਿਲਹਾਲ ਹੈਡ ਇੰਜਰੀ ਦੇ ਨਾਲ ਸਾਡੇ ਕੋਲ ਆਏ ਆ, ਅਤੇ ਅਸੀਂ ਉਹਨਾਂ ਦਾ ਇਲਾਜ ਕਰ ਰਹੇ ਹਾਂ, ਅਤੇ ਬਟ ਹੁਣ ਉਹ ਕਿਉਂ ਡਿੱਗੇ ਹਾਂ ਜਾਂ ਡਿੱਗ ਕੇ ਸੱਟ ਲੱਗੀ ਹੈ, ਉਸ ਚੀਜ਼ ਵਾਸਤੇ ਸੀ ਟੀ ਸਕੈਨ ਵਗੈਰਾ ਜੋ ਵੀ ਇਨਵੈਸਟੀਗੇਸ਼ਨ ਚਾਹੀਦੀ ਆ ਉਹ ਰਿਪੋਰਟ ਕਰ ਦਿੱਤੀ। ਕੰਡੀਸ਼ਨ ਕਿੱਦਾਂ ਮੈਡਮ? ਕੰਡੀਸ਼ਨ ਅਜੇ ਫਿਲਹਾਲ ਕ੍ਰਿਟੀਕਲ ਹੈ, ਬਟ ਬਾਕੀ ਅਸੀਂ ਆਫਟਰ ਦਾ ਸੀ ਟੀ ਰਿਪੋਰਟ ਜਿਹੜਾ। ਇਹ ਸਕੂਲ ਟੀਚਰ ਹੈਗੇ ਨੇ, ਡਿਊ ਟੂ ਪ੍ਰਾਈਵੇਸੀ ਰੀਜ਼ਨ ਅਸੀਂ ਜਿਹੜਾ ਹੈਗਾ ਡਿਸਕਲੋਜ਼ ਨਹੀਂ ਕਰ ਸਕਦੇ ਉਹਨਾਂ ਦੇ।